होशियारपुर में भाजपा की ओर से विशेष प्रेस वार्ता की गई, जिसमें भाजपा के लोकसभा क्षेत्र से प्रत्याशी मैडम अनीता सोम प्रकाश शामिल हुए। इस अवसर पर उनके साथ सांसद सोम प्रकाश, पूर्व कैबिनेट मंत्री तीक्ष्ण सूद, पूर्व कैबिनेट मंत्री सुंदरश्याम अरोड़ा, पूर्व मेयर शिव सूद और अन्य सीनियर नेता शामिल हुए। सारे वर्कर है वो पार्टी छोड़ के जा चुके हैं। दूसरा तुसी कहने से जिद्दा दावा करते हैं, लास्ट बारी तुसी 4,21,000 वोट विजय कुछ दे सके, लेकिन ये 1,50,000 वोट अकाली दल दी, सीधी सीधी वो निकल के तुसी कितना जिद्दा दावा करते हैं, हालांकि तुहाडा विरोध भी कर रहे हैं बीजेपी उम्मीदवार। देखो ये भारतीय जनता पार्टी है, बहुत सत्कारित पार्टी है और सारे लोग इस बार मोदी जी दे नाल खड़े है। पार्टी अलग हुई है ਉਹਦਾ ਕੋਈ ਫਰਕ ਨਹੀਂ ਹੈ, ਕਿਉਂਕਿ ਲੋਕਾਂ ਤੋਂ ਉਤਸ਼ਾਹ ਹੀ ਇੰਨਾ, ਉਹਨਾਂ ਨੂੰ ਦੇਸ਼ ਦੀ ਤਰੱਕੀ ਦਿਖਦੀ ਹੈ, ਹੋਰ ਕੁਛ ਨਹੀਂ ਨਜ਼ਰ ਆ ਰਿਹਾ। ਔਰ ਇਸ ਲਈ ਉਹ ਸਾਰੇ ਮੋਦੀ ਜੀ ਨੂੰ ਸਹਿਯੋਗ ਦੇ ਰਹੇ ਆ ਔਰ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਲੋਕ ਇਸ ਵਾਰ ਹੁਸ਼ਿਆਰਪੁਰ ਹਲਕੇ ਦੇ ਜਿਹੜੇ ਆ ਉਹ ਪਾਉਗੇ। ਜਿਹੜੇ ਵਰਕਰ ਤੁਹਾਨੂੰ ਛੱਡ ਕੇ ਚਲ ਗਏ ਆ, ਉਹਨਾਂ ਵਾਸਤੇ ਤੁਹਾਡਾ ਕੀ ਕਹਿਣਾ ਕਿ ਉਹਨਾਂ ਨੂੰ ਮਾਣ ਸਨਮਾਨ ਮਿਲ ਇਸ ਕਰਕੇ ਆ ਕਿ ਤਰੱਕੀ ਕੀਤੀ ਹੈ ਔਰ ਸਾਰਾ ਕੁਛ ਹੋਇਆ, ਇਸ ਟਾਈਮ ਉਹਨਾਂ ਨੂੰ ਕੋਈ ਵੀ ਏਦਾਂ ਦੀ ਗਲਤੀ ਨਹੀਂ ਕਰਨੀ ਚਾਹੀਦੀ ਸੀ। ਉਹਨਾਂ ਦਾ ਕਹਿਣਾ ਹੈ ਪਾਰਟੀ ਕੋਲ ਮਾਨ ਸਤਿਕਾਰ ਨਹੀਂ ਮਿਲਿਆ, ਹਾਲਾਂਕਿ ਕੋਈ ਕਮੀ ਨਹੀਂ ਸੀ ਔਰ ਜੇ ਮੈਨੂੰ ਮਿਲਦੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿੰਨਾ ਮਾਣ ਸਤਿਕਾਰ ਦਿੰਦੇ ਹਾਂ ਪਾਰਟੀ ਦੇ ਵਰਕਰਾਂ ਨੂੰ ਔਰ ਜਿਹੜੇ ਸੀਨੀਅਰ ਲੀਡਰ ਹੈ ਉਹਨਾਂ ਨੂੰ। ਤੁਹਾਡਾ ਹੁਣ ਮੁੱਖ ਵਿਰੋਧੀ ਟੱਕਰਾ ਕਿਹਦੇ ਨਾਲ ਹੈਗਾ, ਕਾਂਗਰਸ ਨਾਲ ਹੈਗਾ? ਕਿਸੇ ਨਾਲ ਵੀ ਮੇਰਾ ਮੁਕਾਬਲਾ ਨਹੀਂ ਹੈ। ਮੈਂ ਸੋਮ ਪ੍ਰਕਾਸ਼ ਜੀ ਦੇ ਕੀਤੇ ਕੰਮਾਂ ਨੂੰ ਲੈ ਕੇ ਔਰ ਮੋਦੀ ਜੀ ਦੇ ਕੀਤੇ ਕੰਮਾਂ ਨੂੰ ਲੈ ਕੇ, ਭਾਰਤ ਦੀ ਤਰੱਕੀ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਂਦੀ ਹੈ ਔਰ ਉਸੇ ਗੱਲ ਨੂੰ ਲੈ ਕੇ ਲੋਕ ਜਿਹੜੇ ਆ ਬਹੁਤ ਉਤਸ਼ਾਹਿਤ ਹੈ ਔਰ ਮੇਰਾ ਮੁਕਾਬਲਾ ਤਾਂ ਕਿਸੇ ਨਾਲ ਵੀ ਨਹੀਂ ਹੈ। ਪਰਮਾਤਮਾ ਦਾ ਆਸ਼ੀਰਵਾਦ ਹੈ, ਜ਼ਰੂਰ ਕਾਮਯਾਬੀ ਮਿਲੂਗੀ। ਹੁਸ਼ਿਆਰਪੁਰ ਸੇ ਦਲਜੀਤ ਅਜਨੋਹਾ ਕੀ ਰਿਪੋਰਟ, ਕੈਮਰਾਮੈਨ ਯੁਗਮਾਰਗ ਟੀਵੀ।